ਬਣਾਈਓ ਭੈਣਾ। 8 ਨਵੰਬਰ 2016 ਇਹ ਸੁਣਦੇ ਹੀ ਤੁਹਾਨੂੰ ਆਪਣੇ ਨੋਟਬੰਦੀ ਦੇ ਕਿੱਸੇ ਜ਼ਰੂਰ ਯਾਦ ਆ ਗਏ ਹੋਣੇ ਹੈ, ਪਰ ਐਸੀ ਕਿੱਸਿਆਂ ਦੇ ਉੱਤੇ ਬਣਾਈ ਗਈ ਪੰਜਾਬੀ ਫਿਲਮ ਗੋਲਕ ਬੁਗਨੀ ਬੈਂਕ ਤੇ ਬਟੂਆ ਅੱਜ ਰਿਲੀਜ਼ ਹੋ ਚੁੱਕੀ ਹੈ। 8 ਨਵੰਬਰ 2016 ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਕਸ਼ਿਤਿਜ ਚੌਧਰੀ ਨੇ, ਤੇ ਇਸ ਫਿਲਮ ਦੇ ਵਿੱਚ ਮੁੱਖ ਕਿਰਦਾਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਹਰੀਸ਼ ਵਰਮਾ, ਸਿੰਮੀ ਚਾਹਲ, ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ, ਤੇ ਇਹਨਾਂ ਦਾ ਸਾਥ ਇਸ ਫਿਲਮ ਦੇ ਵਿੱਚ ਦਿੱਤਾ ਹੈ ਬੀਐਨ ਸ਼ਰਮਾ, ਜਸਵਿੰਦਰ ਭੱਲਾ ਤੇ ਅਨੀਤਾ ਦੇਵਗਨ ਨੇ। ਇਸ ਫਿਲਮ ਦੀ ਕਹਾਣੀ ਇਸ ਫਿਲਮ ਦੇ ਟਾਈਟਲ ਨੂੰ ਪੂਰੀ ਤਰ੍ਹਾਂ ਨਾਲ ਰਿਲੇਟ ਕਰ ਰਹੀ ਹੈ। ਗੁੱਲਕ ਬੁਗਣੀ ਬੈਂਕ ਤੇ ਬਟੂਆ, ਨਾਮ ਸੁਣਦੇ ਹੀ ਪੈਸੇ ਯਾਦ ਆ ਜਾਂਦੇ ਨੇ, ਉਵੇਂ ਹੀ ਇਸ ਫਿਲਮ ਦੀ ਕਹਾਣੀ ਵੀ ਪੈਸਿਆਂ ਦੇ ਉੱਤੇ ਹੀ ਹੈ, ਤੇ ਖਾਸ ਕਰਕੇ ਨੋਟਬੰਦੀ ਤੋਂ ਬਾਅਦ ਕਿਵੇਂ ਪੈਸੇ ਸਮਾਜ ਤੇ ਰਿਸ਼ਤਿਆਂ ਦੇ ਵਿੱਚ ਬਦਲਾਵ ਲੈ ਕੇ ਆਉਂਦੇ ਨੇ, ਇਹ ਇਸ ਫਿਲਮ ਦੇ ਡਾਇਰੈਕਟਰ ਨੇ ਨੀਟਾ ਅਤੇ ਮਿਸ਼ਰੀ ਨੂੰ ਮੁੱਖ ਰੱਖ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਮੇਰੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਮਿਸ਼ਰੀ, ਇਹਨਾਂ ਪੈਸਿਆਂ ਨੂੰ ਆਪਣੀ ਜਾਨ ਤੋਂ ਜ਼ਿਆਦਾ ਸੰਭਾਲ ਕੇ ਰੱਖੂੰਗਾ ਮੈਂ। ਕਹਾਣੀ ਦੇ ਵਿੱਚ ਇੱਕ ਹੋਰ ਕਹਾਣੀ ਵੀ ਨਾਲ ਨਾਲ ਚੱਲਦੀ ਹੈ, ਜਿਹਦੇ ਵਿੱਚ ਪੁਰਾਣੇ ਸਮੇਂ ਦੇ ਪਿੰਡ ਦੇ ਵਿੱਚ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਨੂੰ ਦਿਖਾਇਆ ਗਿਆ ਹੈ, ਤੇ ਉਸ ਪੁਰਾਣੇ ਸਮੇਂ ਦਾ ਕੀ ਲਿੰਕ ਹੈ ਨੀਟੇ ਤੇ ਮਿਸ਼ਰੀ ਦੀ ਕਹਾਣੀ ਦੇ ਨਾਲ, ਇਸ ਲਈ ਤੁਹਾਨੂੰ ਫਿਲਮ ਦੇਖਣ ਜਾਣਾ ਪਏਗਾ। ਜੇ ਗੱਲ ਕਰੀਏ ਫਿਲਮ ਵਿੱਚ ਕੀਤੀ ਗਈ ਅਦਾਕਾਰੀ ਦੀ, ਤਾਂ ਹਰ ਕਿਰਦਾਰ ਬੜਾ ਹੀ ਬਖੂਬੀ ਨਿਭਾਇਆ ਗਿਆ। ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਦੀ ਐਕਟਿੰਗ ਤਾਂ ਹੈ ਹੀ ਕਮਾਲ ਦੀ, ਨਾਲੇ ਸਿੰਮੀ ਚਾਹਲ ਨੇ ਚੁਲਬੁਲੀ ਜੀ ਮਿਸ਼ਰੀ ਦੇ ਕਿਰਦਾਰ ਦੇ ਵਿੱਚ ਬਹੁਤ ਹੀ ਸੋਹਣਾ ਕੰਮ ਕੀਤਾ ਹੈ। ਕਦੀ ਦੇਖਿਆ ਮੈਨੂੰ ਕਿਸੇ ਵੀ ਫੰਕਸ਼ਨ ਤੇ ਲੇਟ ਆਉਂਦੇ ਹੋਏ? ਤੇਰਾ ਕੀ ਆ, ਤੂੰ ਤਾਂ ਵਿਹਲੀ ਆ, ਕੱਲ ਦੁਕਾਨ ਖੁੱਲੂਗੀ ਤੇ ਕੱਲ ਹੀ ਪੈਣਗੇ ਲੋਕ। ਇੱਕ ਤੇ ਉਹ ਚੁਲਬੁਲੀ, ਉੱਤੋਂ ਮਿਸ਼ਰੀ ਤੇ ਆਸ਼ਿਕ ਕਿੱਦਾਂ ਨਹੀਂ ਹੋਣਗੇ? ਮਿਸ਼ਰੀ ਨੇ ਭੱਜਣ ਲੱਗੇ ਮੇਰੇ ਬਾਰੇ ਇੱਕ ਵਾਰੀ ਵੀ ਨਹੀਂ ਸੋਚਿਆ। ਤੇਰੇ ਬਾਰੇ ਸੋਚਿਆ ਤਾਂ ਨਾ ਉਹਨੇ, ਤਾਂ ਹੀ ਤਾਂ ਨੀਟੇ ਨਾਲ ਭੱਜ ਗਈ। ਇਸ ਫਿਲਮ ਦੇ ਵਿੱਚ ਇਹਨਾਂ ਦੇ ਆਸ਼ਿਕਾ ਨੇ ਚੰਗਾ ਕੰਮ ਕੀਤਾ, ਜਿਨ੍ਹਾਂ ਦਾ ਨਾਮ ਹੈ ਪੁਖਰਾਜ ਪੱਲਾ, ਗੁਰਸ਼ਬਦ ਤੇ ਸੁਮਿਤ ਗੁਲਾਟੀ। ਕਿਉਂ ਨਹੀਂ ਪਾਗਲ? ਡਾਇਰੈਕਟਰ ਕਸ਼ਿਤਿਜ ਚੌਧਰੀ ਨੇ ਨੋਟਬੰਦੀ ਦੇ ਜ਼ਰੀਏ ਇਸ ਫਿਲਮ ਰਾਹੀਂ ਲੋਕਾਂ ਨੂੰ ਪੈਸਿਆਂ ਦੀ ਅਹਿਮੀਅਤ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਕੋਸ਼ਿਸ਼ ਉਹਨਾਂ ਦੀ ਕਾਫੀ ਹੱਦ ਤੱਕ ਕਾਮਯਾਬ ਹੋਈ ਹੈ, ਕਿਉਂਕਿ ਫਿਲਮ ਦੇ ਵਿੱਚ ਇੱਕ ਐਸਾ ਇਮੋਸ਼ਨਲ ਸੀਨ ਹੈ ਜੋ ਕਿ ਦਿਲ ਨੂੰ ਛੂ ਜਾਂਦਾ ਹੈ। ਹੁਣ ਆਉਂਦੇ ਹਾਂ ਆਰਟ ਡਾਇਰੈਕਸ਼ਨ ਤੇ। ਫਿਲਮ ਦੇ ਵਿੱਚ ਇੱਕ ਛੋਟਾ ਜਿਹਾ ਮੁਹੱਲਾ ਦਿਖਾਇਆ ਗਿਆ, ਤੇ ਉਹ ਸਾਰੇ ਸੀਨਸ ਕਾਫੀ ਰੀਅਲ ਲੱਗ ਰਹੇ ਨੇ, ਜਿਵੇਂ ਕਿ ਫਿਲਮ ਦੇ ਵਿੱਚ ਦਿਖਾਈ ਗਈ ਹੈ ਇੱਕ ਆਮ ਜੀ ਹਲਵਾਈ ਦੀ ਤੇ ਕੱਪੜੇ ਵਾਲੇ ਦੀ ਦੁਕਾਨ, ਤੇ ਸਾਰੇ ਕੈਰੇਕਟਰਸ ਹੀ ਇਸ ਫਿਲਮ ਦੇ ਬੜੇ ਹੀ ਸਿੰਪਲ ਤੇ ਰੀਅਲਿਸਟਿਕ ਰੱਖੇ ਗਏ ਨੇ, ਜਿਹੜਾ ਕਿ ਫਿਲਮਾਂ ਦੇ ਵਿੱਚ ਘੱਟ ਦੇਖਣ ਨੂੰ ਮਿਲਦਾ ਹੈ। ਬਾਲੀਵੁੱਡ ਦੀ ਹਰ ਫਿਲਮ ਕਾਮੇਡੀ ਦੇ ਤੜਕੇ ਤੋਂ ਬਿਨਾਂ ਅਧੂਰੀ ਹੁੰਦੀ ਹੈ, ਇਸੇ ਤਰ੍ਹਾਂ ਨਾਲ ਇਸ ਫਿਲਮ ਦੇ ਵਿੱਚ ਵੀ ਕਾਮੇਡੀ ਦਾ ਪੂਰਾ ਤੜਕਾ ਲੱਗਿਆ ਹੋਇਆ ਹੈ, ਪਰ ਜ਼ਿਆਦਾਤਰ ਫਿਲਮਾਂ ਦੇ ਵਿੱਚ ਕਾਮੇਡੀ ਪੰਚਿਸ ਇੱਦਾਂ ਲੱਗਦੇ ਹੈ ਜਿੱਦਾਂ ਜ਼ਬਰਦਸਤੀ ਪਾਏ ਹੋਏ ਨੇ, ਪਰ ਇਸ ਫਿਲਮ ਦੇ ਵਿੱਚ ਕਾਫੀ ਰੀਅਲ ਟਾਈਮ ਕਾਮੇਡੀ ਹੈ, ਤੇ ਇੱਕ ਓਵਰਆਲ ਫਿਲਮ ਕਾਫੀ ਐਂਟਰਟੇਨਿੰਗ ਹੈ। ਪੈਸੇ ਕਿੱਥੇ ਗਏ? ਆ ਸਰਾਣੇ ਹਿੱਟ ਪਏ ਆ। ਮੈਂ ਮੱਥਾ ਨਹੀਂ ਟੇਕਣਾ, ਮੈਂ ਸਲੀਮ ਨੂੰ ਪੇਮੈਂਟ ਦੇਣੀ ਹੈ। ਇਸ ਫਿਲਮ ਦੇ 뮤직 ਡਾਇਰੈਕਟਰ ਹਨ ਜਤਿੰਦਰ ਸ਼ਾਹ, ਤੇ ਇਸ ਫਿਲਮ ਦੇ ਸਾਰੇ ਗਾਣੇ ਹੀ ਬਹੁਤ ਵਧੀਆ ਨੇ, ਪਰ ਸਭ ਤੋਂ ਵਧੀਆ ਗਾਣਾ ਹੈ ਸੈਲਫੀ। ਲੈ ਜੱਟਾ ਖਿੱਚ ਸੈਲਫੀ, ਜੱਟੀ ਨੱਚੂਗੀ ਤੇਰੀ ਬਾਹ ਫੜ। ਦਾ ਫਿਲਮਸ ਵੱਲੋਂ ਅਸੀਂ ਗੋਲਕ ਬੁਗਨੀ ਬੈਂਕ ਤੇ ਬਟੂਆ ਨੂੰ ਦਵਾਂਗੇ 3 ਸਟਾਰਸ। ਦਾ ਫਿਲਮਸ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਬਿਲਕੁਲ ਨਾ ਭੁੱਲਣਾ। ਅਸੀਂ ਤੁਹਾਨੂੰ ਮਿਲਾਂਗੇ ਨਵੇਂ ਫਿਲਮ ਦੇ ਨਵੇਂ ਰਿਵਿਊ ਦੇ ਨਾਲ। ਸਤਿ ਸ਼੍ਰੀ ਅਕਾਲ।